ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇੱਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ 'ਤੇ ਵਾਪਰਿਆ। ਕੋਲਕਾਤਾ ਤੋਂ ਲਗਭਗ 25 ਕਿਲੋਮੀਟਰ ਦੂਰ ਪਰਗਨਾ ਜ਼ਿਲ੍ਹੇ 'ਚ ਬਜਬਜ ਘਾਟ ਵਿਖੇ 29 ਸਤੰਬਰ 1914 ਨੂੰ ਤਤਕਾਲੀਨ ਅੰਗਰੇਜ਼ ਸਰਕਾਰ ਦੀ ਪੁਲਿਸ ਨੇ ਗੋਲੀਆਂ ਚਲਾ ਕੇ 21 ਭਾਰਤੀ ਸ਼ਹੀਦ ਕਰ ਦਿੱਤੇ ਸਨ। ਇਸ ਘਟਨਾ ਨੂੰ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕਾਮਾਗਾਟਾ ਮਾਰੂ ਸਾਕੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਸ਼ਹੀਦ ਹੋਣ ਵਾਲੇ ਵਿਅਕਤੀ ਕਾਮਾਗਾਟਾ ਮਾਰੂ ਜਹਾਜ਼ ਦੇ ਯਾਤਰੀ ਸਨ। ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਈ ਵਿੱਚ 376 ਭਾਰਤੀਆਂ ਨੂੰ ਲੈ ਕੇ ਕੈਨੇਡਾ ਗਿਆ ਸੀ, ਪਰ ਉੱਥੋਂ ਦੀ ਸਰਕਾਰ ਨੇ ਵੈਨਕੂਵਰ ਬੰਦਰਗਾਹ ਉੱਤੇ ਇਸ ਜਹਾਜ਼ ਨੂੰ ਨਾ ਲੱਗਣ ਦੀ ਇਜਾਜ਼ਤ ਦਿੱਤੀ ਅਤੇ ਨਾ ਹੀ ਸਵਾਰੀਆਂ ਨੂੰ ਇਸ ਵਿੱਚੋਂ ਉਤਰਨ ਦਿੱਤਾ। 2 ਮਹੀਨੇ ਤੱਕ ਇਹ ਜਹਾਜ਼ ਪਾਣੀ ਵਿੱਚ ਹੀ ਵੈਨਕੂਵਰ ਦੇ ਤੱਟ 'ਤੇ ਖੜ੍ਹਾ ਰਿਹਾ ਅਤੇ ਇਸ ਵਿੱਚ ਸਵਾਰ ਯਾਤਰੀ ਮੁਸੀਬਤ 'ਚ ਪਏ ਰਹੇ। ਅਖੀਰ 2 ਮਹੀਨਿਆਂ ਬਾਅਦ ਇਸ ਜਹਾਜ਼ ਨੂੰ ਯਾਤਰੀਆਂ ਸਮੇਤ ਵਾਪਸ ਮੁੜਨਾ ਪਿਆ। ਇਹ ਜਹਾਜ਼ ਹਾਂਗਕਾਂਗ ਤੋਂ ਚੱਲਿਆ ਸੀ ਅਤੇ ਯਾਤਰੀਆਂ ਦੀ ਕੋਸ਼ਿਸ਼ ਸੀ ਕਿ ਉਹ ਰਾਹ ਵਿੱਚ ਜਿੱਥੋਂ ਜਿੱਥੋਂ ਜਹਾਜ਼ 'ਚ ਚੜ੍ਹਦੇ ਰਹੇ ਸਨ, ਅਰਥਾਤ ਹਾਂਗਕਾਂਗ, ਸ਼ਿੰਗਾਈ, ਕੋਬੋ ਆਦਿ ਥਾਵਾਂ 'ਤੇ ਉੱਤਰ ਜਾਣਗੇ, ਪਰ ਅੰਗਰੇਜ਼ ਸਰਕਾਰ ਨੇ ਇਸ ਜਹਾਜ਼ ਨੂੰ ਰਾਹ ਵਿੱਚ ਕਿਤੇ ਵੀ ਨਾ ਰੁਕਣ ਦਿੱਤਾ ਅਤੇ ਇਸ ਨੂੰ ਕੋਲਕਾਤਾ ਦੇ ਨੇੜੇ ਬਜਬਜ ਘਾਟ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇੱਥੇ ਪਹੁੰਚਣ 'ਤੇ ਅੰਗਰੇਜ਼ ਪੁਲਿਸ ਨੇ ਜਹਾਜ਼ 'ਚ ਸਵਾਰ ਹੋ ਕੇ ਯਾਤਰੀਆਂ ਦੀ ਮੁਕੰਮਲ ਤਲਾਸ਼ੀ ਲਈ, ਪਰ ਪੁਲਿਸ ਨੂੰ ਕੋਈ ਵੀ ਹਥਿਆਰ ਉਹਨਾਂ ਪਾਸੋਂ ਨਾ ਮਿਲਿਆ। ਉਸ ਉਪਰੰਤ ਯਾਤਰੀਆਂ ਨੂੰ ਜਹਾਜ਼ 'ਚੋਂ ਉਤਰਨ ਲਈ ਕਿਹਾ ਗਿਆ ਅਤੇ ਨਾਲ ਹੀ ਉਹਨਾਂ ਨੂੰ ਉੱਥੋਂ ਸਿੱਧੇ ਪੰਜਾਬ ਜਾਣ ਦਾ ਹੁਕਮ ਸੁਣਾਇਆ ਗਿਆ। ਯਾਤਰੀਆਂ ਨੇ ਅੰਗਰੇਜ਼ ਪੁਲਿਸ ਦਾ ਇਹ ਹੁਕਮ ਮੰਨਣ ਤੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਉਹ ਉਹਨਾਂ ਨੂੰ ਭਾਰਤ ਦੀ ਧਰਤੀ 'ਤੇ ਉਤਰਨ ਅਤੇ ਆਪਣੀ ਮਰਜ਼ੀ ਨਾਲ ਉੱਥੇ ਵਿਚਰਨ ਦਾ ਪੂਰਨ ਅਧਿਕਾਰ ਹੈ। ਇਸ ਤੋਂ ਇਲਾਵਾ ਸਫ਼ਰ ਦੌਰਾਨ ਬਹੁਤ ਸਾਰੇ ਯਾਤਰੀਆਂ ਦੇ ਪੱਲੇ ਕੁਛ ਵੀ ਨਹੀਂ ਸੀ ਰਿਹਾ। ਅੰਗਰੇਜ਼ ਸਰਕਾਰ ਨੇ ਯਾਤਰੀਆਂ ਨੂੰ ਸਿੱਧਾ ਪੰਜਾਬ ਭੇਜਣ ਲਈ ਬਜਬਜ ਰੇਲਵੇ ਸਟੇਸ਼ਨ ਉੱਤੇ ਇੱਕ ਵਿਸ਼ੇਸ਼ ਰੇਲ ਗੱਡੀ ਖੜ੍ਹੀ ਕੀਤੀ ਹੋਈ ਸੀ ਅਤੇ ਯਾਤਰੀਆਂ ਨੂੰ ਜ਼ਬਰਦਸਤੀ ਉਸ ਰੇਲ 'ਚ ਚੜ੍ਹਾਉਣ ਲਈ ਪੁਲਿਸ ਨੇ ਯਤਨ ਕੀਤੇ। ਯਾਤਰੀ ਬਜਬਜ ਵਿਖੇ ਆਪਣਾ ਜਥਾ ਬਣਾ ਕੇ ਕੋਲਕਾਤਾ ਵੱਲ ਤੁਰ ਪਏ। ਉਹਨਾਂ ਪਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਸੀ। ਉਹਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਉਸ ਬੀੜ ਨੂੰ ਗੁਰਦੁਆਰਾ ਸਿੱਖ ਸੰਗਤ ਹਾਵੜਾ ਵਿਖੇ ਸਨਮਾਨਪੂਰਵਕ ਰੱਖ ਕੇ ਫਿਰ ਹੀ ਕਿਧਰੇ ਜਾਣਗੇ। ਜਦ ਉਹ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਕੋਲਕਾਤਾ ਵੱਲ ਜਾ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਜਬਰੀ ਵਾਪਸ ਬਜਬਜ ਘਾਟ 'ਤੇ ਲੈ ਆਂਦਾ, ਜਿੱਥੇ ਯਾਤਰੀਆਂ ਅਤੇ ਪੁਲਿਸ ਵਿਚਕਾਰ ਸੰਘਰਸ਼ ਹੋ ਗਿਆ। ਘਬਰਾਈ ਹੋਈ ਪੁਲਿਸ ਨੇ ਯਾਤਰੀਆਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰੀ ਰਿਕਾਰਡ ਅਨੁਸਾਰ ਇਸ ਗੋਲੀ ਕਾਂਡ ਵਿੱਚ 21 ਯਾਤਰੀ ਸ਼ਹੀਦ ਹੋਏ, ਪਰ ਗੈਰ ਸਰਕਾਰੀ ਅੰਕੜਿਆਂ ਅਨੁਸਾਰ 75 ਵਿਅਕਤੀ ਸ਼ਹੀਦ ਹੋਏ ਸਨ। ਕਈ ਯਾਤਰੀ ਨਦੀ 'ਚ ਛਾਲ ਮਾਰ ਕੇ ਅਗਲੇ ਪਾਸੇ ਨਿਕਲ ਗਏ ਅਤੇ ਕਈਆਂ ਨੂੰ ਸਥਾਨਕ ਲੋਕਾਂ ਨੇ ਆਪਣੇ ਘਰ ਵਿੱਚ ਪਨਾਹ ਦਿੱਤੀ। ਚਸ਼ਮਦੀਦ ਵਿਵਰਣ ਅਨੁਸਾਰ ਜਿਹੜੇ ਯਾਤਰੀ ਸ਼ਹੀਦ ਹੋ ਗਏ ਸਨ ਉਹਨਾਂ ਨੂੰ ਪੁਲਿਸ ਨੇ ਗੱਡਿਆਂ ਉੱਪਰ ਲੱਦ ਕੇ ਘਾਟ ਦੇ ਨੇੜੇ ਹੀ ਇੱਕ ਥਾਂ 'ਤੇ ਸਾਰੀਆਂ ਲਾਸ਼ਾਂ ਇਕੱਠੀਆਂ ਕਰਕੇ ਉਹਨਾਂ ਉੱਤੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ। ਸ਼ਹੀਦ ਹੋਣ ਵਾਲਿਆਂ ਵਿੱਚ ਬਹੁ ਗਿਣਤੀ ਸਿੱਖਾਂ ਦੀ ਸੀ। ਬਾਬਾ ਗੁਰਦਿੱਤ ਸਿੰਘ ਬਚ ਕੇ ਨਿਕਲਣ 'ਚ ਸਫਲ ਹੋ ਗਏ ਸਨ ਅਤੇ ਪੰਜਾਬ ਪਹੁੰਚ ਕੇ ਉਹ ਕਈ ਸਾਲ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਰਹੇ ਅਤੇ ਜੇਲ੍ਹ ਵੀ ਗਏ।
ਕਾਮਾਗਾਟਾ ਮਾਰੂ ਸਾਕੇ 'ਚ ਇਸ ਤਰ੍ਹਾਂ ਸ਼ਹੀਦ ਹੋਏ ਭਾਰਤੀਆਂ ਦੀ ਯਾਦ ਵਿੱਚ 1 ਜਨਵਰੀ 1952 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬਜਬਜ ਘਾਟ ਵਿਖੇ ਇੱਕ ਯਾਦਗਾਰ ਦਾ ਉਦਘਾਟਨ ਕੀਤਾ, ਜਿੱਥੇ ਹਰ ਸਾਲ 29 ਸਤੰਬਰ ਨੂੰ ਸਮਾਗਮ ਹੁੰਦਾ ਹੈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।